ਕਾਲਸ ਟੀਵੀ ਦੇਖ ਰਹੇ ਹੋ ਮੈਂ ਤੁਹਾਡੇ ਨਾਲ ਰਾਹੁਲ ਕਾਲਾ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਕਿਸ ਕਦਰ ਹੈ ਉਹ ਤਸਵੀਰਾਂ ਤੁਹਾਨੂੰ ਅਸੀਂ ਦਿਖਾਉਣ ਦੇ ਲਈ ਮਾਨਸਾ ਪਹੁੰਚੇ ਆਂ ਮਾਨਸਾ ਕਗਰ ਦੇ ਕੰਢੇ ਅਸੀਂ ਪਹੁੰਚੇ ਹੋਇਆ ਕਗਰ ਨਦੀ ਦੇ ਅਸੀਂ ਉਸ ਜਗ੍ਹਾ ਤੇ ਆਂ ਜਿੱਥੇ ਕਗਰ ਤਾਂ ਤੁਸੀਂ ਦੇਖ ਰਹੇ ਹੋ ਤੇ ਕਗਰ ਦੇ ਪਾਰਲੀ ਸਾਈਡ ਦੇ ਜਿਹੜੇ ਪਿੰਡ ਹੈਗੇ ਨੇ ਉਹ ਸਾਰੇ ਲਪੇਟ ਦੇ ਵਿੱਚ ਆਏ ਹੋਏ ਆ ਪਰ ਜਿਸ ਜਗ੍ਹਾ ਤੇ ਅਸੀਂ ਖੜੇ ਆਂ ਇੱਥੇ ਪਿੰਡ ਵਾਲਿਆਂ ਦੀ ਮੁਸਤੈਦੀ ਦੇ ਕਰਕੇ ਜਿਹੜਾ ਵੀ ਕੱਗਰ ਦੇ ਨਾਲ ਕਿਨਾਰਾ ਹੈਗਾ ਇਸ ਨੂੰ ਬਾਰ-ਬਾਰ ਮਜ਼ਬੂਤ ਕੀਤਾ ਜਾ ਰਿਹਾ ਜੇਕਰ ਪਾਣੀ ਵਧਦਾ ਤੇ ਅੱਗੇ ਹੋਰ ਜਿਹੜਾ ਹੈ ਲੇਹਰਾਂ ਅੱਗੇ ਵਧਾ ਦਿੰਦੇ ਆ ਪਿੰਡ ਵਾਲੇ ਤੁਸੀਂ ਦੇਖ ਰਹੇ ਹੋ ਖੜੇ ਆ ਔਰ ਇਧਰਲੀ ਸਾਈਡ ਤੇ ਸਰਦੂਲਪੁਰਾ ਪਿੰਡ ਹੈ ਜੋ ਬਿਲਕੁਲ ਨਜ਼ਦੀਕ ਹੈ ਔਰ ਪਿੰਡ ਵਾਲਿਆਂ ਦੀ ਮੁਸਤੈਦੀ ਦੇ ਨਾਲ ਹਾਲੇ ਤੱਕ ਜਿਹੜਾ ਸਥਿਤੀ ਪੂਰੀ ਤਰ੍ਹਾਂ ਦੇ ਨਾਲ ਕੰਟਰੋਲ ਦੇ ਵਿੱਚ ਹੈ ਕਿਉਂਕਿ ਇਹ ਜਿਹੜੇ ਲੋਕ ਹੈਗੇ ਨੇ ਇੱਥੇ ਦਿਨ ਰਾਤ ਪੈਰਾ ਦੇ ਰਹੇ ਨੇ ਇੱਕ ਵਾਰ ਤੁਹਾਨੂੰ ਲੈਵਲ ਵੀ ਦਿਖਾਣੇ ਆ ਘੱਗਰ ਦਾ ਕਿੱਦਾਂ ਪਾਣੀ ਚੜਿਆ ਹੋਇਆ ਔਰ ਵਹਾਹ ਜਿਹੜਾ ਹੈਗਾ ਤੁਸੀਂ ਦੇਖੋ ਕਿੰਨਾ ਤੇਜ਼ ਹੈ ਪਿੱਛੋਂ ਜਿੰਨੇ ਵੀ ਪਿੰਡਾਂ ਦੇ ਵਿੱਚ ਫਿਰਦਾ ਹੋਇਆ ਪਰ ਤਾਂ ਵੀ ਇੱਥੇ ਪਾਣੀ ਵੱਡੀ ਤਦਾਦ ਦੇ ਵਿੱਚ ਇੱਥੇ ਪਹੁੰਚਿਆ ਹੋਇਆ ਤੇ ਇੱਥੋਂ ਤੁਸੀਂ ਇਸ ਤਸਵੀਰਾਂ ਸਾਫ਼ ਦੇਖ ਸਕਦੇ ਹੋ ਪਾਣੀ ਦਾ ਵਹਾਹ ਇੱਕ ਵਾਰ ਤੁਸੀਂ ਤੁਹਾਨੂੰ ਕੈਮਰਾਮੈਨ ਨੂੰ ਬੋਲਾਂਗਾ ਕਿ ਇੱਕ ਵਾਰ ਥੋੜਾ ਜ਼ੂਮ ਕਰਕੇ ਪਾਣੀ ਦਾ ਵਹਾਅ ਦਖਾਨ ਦੀ ਕੋਸ਼ਿਸ਼ ਕਰੇ ਵੀ ਕਿੱਦਾਂ ਪਾਣੀ ਚੜਿਆ ਹੋਇਆ ਤੇ ਕਿੱਦਾਂ ਅੱਗੇ ਨੂੰ ਵਹਿੰਦਾ ਜਾ ਰਿਹਾ ਤੇ ਜਿੱਥੇ-ਜਿੱਥੇ ਪਾਰਲੀ ਸਾਈਡ ਦੇ ਉੱਪਰ ਇਸ ਤੋਂ ਬਿਲਕੁਲ ਸਾਹਮਣੇ ਜਿਹੜੇ ਖੇਤਰ ਹੈਗੇ ਨੇ ਨਗਰ ਹੈਗੇ ਨੇ ਉਹ ਸਾਰੇ ਪਾਣੀ ਦੀ ਲਪੇਟ ਦੇ ਵਿੱਚ ਹੈ ਸਥਾਨਕ ਲੋਕ ਹੈ ਮੇਰੇ ਨਾਲ ਸਥਿਤੀ ਹਲੇ ਤੱਕ ਕੰਟਰੋਲ 'ਚ ਹੀ ਦੇਖਣ ਨੂੰ ਮਿਲ ਰਹੀ ਹੈ ਹਾਂਜੀ ਸਾਡੇ ਕੰਟਰੋਲ 'ਚ ਹੈ ਜੀ ਹਾਂਜੀ ਤੇ ਮਤਲਬ ਜਿਹੜੇ ਪਰਲੇ ਪਾਰ ਵਾਲੇ ਸੀਗੇ ਜੀ ਉਹ ਲਪੇਟ 'ਚ ਆ ਗਏ ਉਹ ਘਰੇ ਹੋਏ ਨੇਗੇ ਸਮਾਨ ਲੈ ਕੇ ਚੱਕ ਕੇ ਆਪੋ ਆਪ ਨੂੰ ਪਿੰਡ ਖਾਲੀ ਕਰ ਗਏ ਪਿੰਡ ਖਾਲੀ ਕਰ ਗਏ ਜੀ ਕੁਝ ਕੁ ਇਸ ਤੰਗਣਾ ਕੱਢ ਲਏ ਜੀ ਲੋਕ ਜੋ ਫਸੇ ਸੀਗੇ ਕੁਝ ਫਸੇ ਪਏ ਵੀ ਨਾ ਵੀ ਜਿਹੜੇ ਘਰਾ ਤਾਂ ਨਹੀਂ ਖੇੜਾ ਛੱਡਦੇ ਹਾਂਜੀ ਤੇ ਇੱਥੇ ਫਿਰ ਡਿਊਟੀ ਪੂਰਾ ਪਿੰਡ ਦੇ ਰੇ ਹਾਂਜੀ ਸਾਰੇ ਆ ਦਸੇ ਪਿੰਡ ਲੱਗਦੇ ਜਿੰਨੇ ਸਾਰੇ ਨੌਜਵਾਨ ਰਲ ਕੇ ਦਿਨ ਰਾਤੀਆਂ ਬਣਾ ਕੇ ਜੁੰਟਾ ਵਾਂਗੂ ਜੁੰਟਾ ਬਣਾ ਰੱਖੀਆਂ ਭਰਾਵਾਂ ਨੇ ਤੇ ਉਸੇ ਤਰ੍ਹਾਂ ਹੀ ਸਾਰੇ ਡਿਊਟੀਆਂ ਦੇ ਰਿਆ ਇੱਥੋਂ ਸਰਦੂਗੜ ਤੋਂ ਲੈ ਕੇ ਭਗਵਾਨਪੁਰੋਂ ਹੀਰਗਨੇ ਤੱਕ ਮੁੰਡੇ ਦਿਨ ਰਾਤ ਚ ਮਿਹਨਤ ਕਰ ਰਹੇ ਆ ਸਾਰੇ ਰਲ ਮਿਲ ਕੇ ਤੇ ਪਰਲੇ ਪਾਸੇ ਦਾ ਤੁਹਾਨੂੰ ਪਤਾ ਭਾਈਚਾਰਾ ਛਪਣਾ ਉੱਤ ਨੁਕਸਾਨ ਹੋ ਹੀ ਚੁੱਕਿਆ ਬਹੁਤ ਮਾੜੀ ਗੱਲ ਹੋਈ ਆ ਦੋਨੇ ਪਿੰਡਾਂ ਨੇ ਇਧਰ ਰਲ ਕੇ ਦੋਨੇ ਸ਼ੈੱਡਾਂ ਤੇ ਮਿਹਨਤ ਕਰ ਰਹੀ ਸੀ ਤੇ ਬੜਾ ਮਨ ਦੁਖੀ ਨਾ ਕਹਿ ਰਹੇ ਆ ਵੀ ਉਹ ਵੀ ਨੁਕਸਾਨ ਮਾੜਾ ਆਪਦਾ ਹੀ ਹੋਇਆ ਆਪਣਾ ਤੇ ਪ੍ਰਮਾਤਮਾ ਨੂੰ ਕਹਿੰਨੇ ਵੀ ਇਹਦਾ ਚੜਾ ਘਟਾਵੇ ਤੇ ਇਹੀ ਬੇਨਤੀ ਹੈ ਜੀ ਗੁਰਦੁਆਰੇ ਦੇ ਵਿੱਚ ਅਨਾਉਂਸਮੈਂਟ ਵੀ ਹੋ ਰਹੀ ਹੈ ਸੁਚੇਤ ਕੀਤਾ ਜਾ ਰਿਹਾ ਬਾਰ-ਬਾਰ ਇੱਧਰ ਜੀ ਸੀ ਵੀ ਤੁਹਾਨੂੰ ਜੇਕਰ ਕੈਮਰਾ ਮੈਨੂੰ ਬੋਲਾਂਗੇ ਕਿ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰੇ ਉੱਥੋਂ ਉੱਥੋਂ ਜਿਹੜੀ ਮਿੱਟੀ ਪਰ ਕਿੱਥੇ ਪਾ ਰਹੇ ਹਾਂ ਹਾਂਜੀ ਇੱਥੇ ਪਾ ਰਹੇ ਹਾਂ ਉਹ ਆਪਣੇ ਖੀਤਗੇ ਦਾ ਹੈਗਾ ਜੀ ਆਪਦੇ ਬਾਣਾ ਜੀ ਆਪਣੇ ਘਰੂ ਬਾਣ ਨੇ ਇੱਥੇ ਪਾ ਰਹੇ ਹਾਂ ਹੁਣ ਲਿਆ ਲਿਆ ਟਰੈਕਟਰਾਂ ਨਾਲ ਅੱਛਾ ਉੱਥੇ ਹੀ ਟੋਆ ਪੜ ਕੇ ਇੱਥੇ ਸਾਰੀ ਮਿੱਟੀ ਹਾਂਜੀ ਹਾਂਜੀ ਤੇ ਇਹ ਜਿਹੜੀ ਫਿਰਨੀ ਹੈਗੀ ਹੈ ਜਿੱਥੋਂ ਆਪਾਂ ਗੱਲਬਾਤ ਕਰ ਰਹੇ ਹਾਂ ਇਹ ਵਾਲੀ ਕਿੰਨੀ ਕੁ ਲੰਬੀ ਹੈਗੀ ਹੈ ਇਹ ਆਹ ਜੀ ਪਿੰਡ ਲੱਗ ਗਈ ਹੈ ਬਸ ਸਾਰਾ 10 15 ਕਿੱਲਾਂ ਤੇ ਪਿੰਡ ਆ ਤੇ ਤੁਹਾਨੂੰ ਤੁਸੀਂ ਆਪ ਹੀ ਦੇਖ ਲਓ ਜੀ ਪਿੰਡ ਪਰ ਸਰਕਾਰ ਦੇ ਧਿਆਨ ਚ ਲਿਆਉਣਾ ਚਾਹੁੰਦੇ ਵੀ ਇਹਦਾ ਕੋਈ ਹੱਲ ਕੀਤਾ ਜਾਵੇ ਕਿਸਾਨਾਂ ਦਾ ਕੀ ਹੈ ਖਰਬਚਾਰੇ ਰੋਟੀ ਖਰਚਾ ਚੱਲਦਾ ਖੇਤੀ ਦੇ ਸ਼ਿਰ ਤੇ ਬਹੁਤ ਦੁਖੀ ਆ ਜੀ ਪਿੱਛੇ ਤਾਂ ਤੁਸੀਂ ਦੇਖ ਹੀ ਰਹੇ ਹੋ ਘੱਗਰ ਬਣ ਗਿਆ ਉਧਰ ਉਹ ਵੀ ਆਪਣਾ ਕਿਸਾਨ ਭਰਾ ਸੀ ਬੜੇ ਮਨ ਦੁਖੀ ਨਾਲ ਕਹਿ ਰਹੇ ਆ ਗੱਲਾਂ ਵੀ ਕਿਸਾਨ ਕਿਸ ਸਰਕਾਰ ਸਾਡੀ ਸੁਣੀ ਨਹੀਂ ਰਹੀ ਪਤਾ ਨਹੀਂ ਕੀ ਚੱਕਰ ਆ ਕੀ ਇਹ ਬੇਨਤੀ ਕਰਦੇ ਕੋਈ ਵੀ ਨਹੀਂ ਆਇਆ ਪ੍ਰਸ਼ਾਸਨ ਦਾ ਇੱਥੇ ਕੋਈ ਨਹੀਂ ਆਇਆ ਜੀ ਹਜੇ ਤੱਕ ਤਾਂ ਬਸ ਦੀਕ ਚੰ ਵੀ ਅੱਜ ਆਊਗਾ ਕੋਈ ਆ ਆਪਣਾ ਕੋਈ ਬਣੂ ਆ ਕਿਸਾਨ ਹਰੇਕ ਸਰਕਾਰ ਦਾ ਬਣਦਾ ਪਰ ਸਰਕਾਰ ਕਿਸੇ ਦੀ ਨਹੀਂ ਬਣ ਰਹੀ ਇਸ ਟਾਈਮ ਤੇ ਸਰਕਾਰ ਕੋਈ ਭਗਵੰਤ ਮਾਨ ਵਗੈਰਾ ਦਾ ਕੋਈ ਨੁਮਾਇੰਦਾ ਉਹਨਾਂ ਨੇ ਭੇਜਿਆ ਇੱਥੇ ਦਾ ਹਜੇ ਤੱਕ ਤਾਂ ਕੋਈ ਨਹੀਂ ਆਇਆ ਜੀ ਜਿੰਨਾ ਵੀ ਇੰਤਜ਼ਾਮ ਕਰ ਰਹੇ ਹੋ ਤੁਸੀਂ ਜਾਂ ਕੀਤਾ ਹੈ ਸਾਰਾ ਆਪਣੇ ਪੱਧਰ ਤੇ ਹਾਂ ਜੀ ਇਹ ਤਾਂ ਪਿੰਡਾਂ ਦੇ ਸਹਿਯੋਗ ਨਾਲ ਹੈ ਜੀ ਆਹ ਦੇਖੋ ਤੁਸੀਂ ਮੰਜੇ ਡਾਏ ਹੋਏ ਆ ਡਿਊਟੀਆਂ ਦੇ ਰਹੇ ਨੇ ਠਿਕਰੀ ਪੈਰਾ ਜਿਹੜਾ ਲੱਗਦਾ ਸੀ ਪਿੰਡਾਂ ਦੇ ਵਿੱਚ ਉਹ ਹੁਣ ਦਰਿਆ ਨਹਿਰ ਦੇ ਕੰਢੇ ਲਗਾਇਆ ਹੋਇਆ ਤਾਂ ਇੱਕ ਵਾਰ ਇਜ ਇੱਥੋਂ ਤੱਕ ਮੈਂ ਦੱਸਦਾ ਕਿ ਲੈਵਲ ਪਾਣੀ ਦਾ ਦੇਖੋ ਕਿਵੇਂ ਚੜਦਾ ਪਿਆ ਉਤਰਦਾ ਪਿਆ ਤੁਸੀਂ ਜੇਕਰ ਦਰਖਤ ਦੇ ਕਿਨਾਰੇ ਦੇਖੋਗੇ ਤਾਂ ਇੱਥੋਂ ਥੋੜਾ ਜਿਹਾ ਜਿੱਥੇ ਤੁਹਾਨੂੰ ਦਰਖਤ ਦੇ ਨਾਲ ਬਿਲਕੁਲ ਦਿਖਾਈ ਦੇ ਰਿਹਾ ਹੋਵੇਗਾ ਕਿ ਪਾਣੀ ਦਾ ਲੈਵਲ ਥੋੜਾ ਜਿਹਾ ਘਟਿਆ ਤੇ ਜਦੋਂ ਵੱਧ ਹੈ ਤਾਂ ਉਹਦਾ ਨਿਸ਼ਾਨ ਕਿੱਥੋਂ ਤੱਕ ਆ ਜਾਂਦਾ ਦੂਸਰਾ ਬਿਲਕੁਲ ਨਜ਼ਦੀਕ ਤੁਸੀਂ ਦਰਖਤ ਦੇਖ ਸਕਦੇ ਹੋ ਉੱਥੇ ਤੁਹਾਨੂੰ ਜਿਹੜਾ ਜਿਹੜਾ ਉੱਪਰ ਦਰਖਤ ਤੇ ਪਾਣੀ ਤੋਂ ਥੋੜਾ ਜਿਹਾ ਕੋਈ ਫੁੱਟ ਉੱਚਾ ਦਰਖਤ ਹੈ ਅੰਦਾਜ਼ਾ ਲਾ ਸਕਦੇ ਹੋ ਕਿ ਪਾਣੀ ਦਾ ਲੈਵਲ ਕਿਦਾਂ ਵਧਦਾ ਤੇ ਕਿਦਾਂ ਘਟਦਾ ਪਿਆ ਇਹ ਪਾਣੀ ਦਾ ਲੈਵਲ ਵਧਿਆ ਹੈ ਜੀ ਹੁਣ ਤੱਕ ਘਟਿਆ ਵੀ ਹੈ ਵਧੇ ਜਾਂਦਾ ਜੀ ਘਟਿਆ ਨਹੀਂ ਹਾਂ ਅੱਛਾ ਵਧੇ ਜਾਂਦਾ ਠੀਕ ਹੈ ਤੇ ਇੱਧਰ ਤੁਹਾਨੂੰ ਇੱਕ ਵਾਰ ਦਿਖਾਣੇ ਆ ਤਸਵੀਰ ਵੀ ਪੂਰਾ ਇੰਤਜ਼ਾਮ ਕੀਤਾ ਹੋਇਆ ਹੈ ਰਾਸ਼ਨ ਪਾਣੀ ਜਿਹੜਾ ਹੈ ਇੱਥੇ ਪਹੁੰਚਾਇਆ ਜਾ ਰਿਹਾ ਔਰ ਇਹ ਬੋਰੇ ਦੇ ਵਿੱਚ ਮਿੱਟੀ ਪਾ ਕੇ ਰੱਖੀ ਹੋਈ ਹੈ ਵੀ ਜੇ ਖੁਦਾ ਨਖਾਸਤਾ ਜੇਕਰ ਇੱਥੇ ਕੁਝ ਅਜੀਹੀ ਸਥਿਤੀ ਪੈਣੀ ਜਾਂਦੀ ਹੈ ਕਿ ਕਿਉਂਕਿ ਇਹ ਜਿੱਥੇ ਆਪਾਂ ਚੱਲ ਰਹੇ ਆ ਜਾਂ ਜਿੱਧਰੋਂ ਆਏ ਆ ਇਹ ਪੂਰੀ ਲਾਈਨ ਜਿਹੜੀ ਹੈਗੀ ਐ ਅੱਗੇ ਤੱਕ ਤਕਰੀਬਨ 30 ਕਿਲੋਮੀਟਰ ਦੀ ਪੈਂਦੀ ਐ ਮਾਰ ਔਰ ਇਹ 30 ਕਿਲੋਮੀਟਰ ਤੇ ਹਰੇਕ ਪਿੰਡ ਦੇ ਵਿੱਚ ਇਵੇਂ ਹੀ 30 ਕਿਲੋਮੀਟਰ ਤੇ ਠਿਕਰੀ ਪੈਰਾ ਦੇ ਰਹੇ ਨੇ ਲੋਕ ਔਰ ਇਹ ਪਾਣੀ ਦਾ ਲੈਵਲ ਜਿਹੜਾ ਐ ਤੁਸੀਂ ਦੇਖ ਰਹੇ ਹੋ ਇੱਕ ਵਾਰ ਆਪਾਂ ਇਧਰ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਵੀ ਆ ਦੇਖੋ ਕਿਵੇਂ ਇੱਥੋਂ ਬੋਰੀਆਂ ਦੇ ਨਾਲ ਮੰਨ ਲਾਇਆ ਹੋਇਆ ਮੰਨ ਜਿਹੜੇ ਹੈਗੇ ਇੱਥੇ ਭਰੇ ਹੋਏ ਨੇ ਤਾਂ ਲੈਵਲ ਜਿਹੜਾ ਹੈਗਾ ਪਾਣੀ ਦਾ ਦੱਸ ਰਹੇ ਨੇ ਵੀ ਕਦੀ ਘਟ ਜਾਂਦਾ ਹੈ ਕਦੀ ਵੱਧ ਜਾਂਦਾ ਹੈ ਤੇ ਜੇਕਰ ਹੁਣ ਅੱਗੇ ਮੌਸਮ ਇਵੇਂ ਦਾ ਰਿਹਾ ਜਿਵੇਂ ਅੱਜ ਇੱਥੇ ਠੰਡਾ ਰਿਹਾ ਮੌਸਮ ਥੋੜੀ ਥੋੜੀਆਂ ਕਣੀਆਂ ਵੀ ਦੇਖਣ ਨੂੰ ਮਿਲੀਆਂ ਤਾਂ ਇਹ ਪਾਣੀ ਦਾ ਲੈਵਲ ਹੋਰ ਵੱਧ ਸਕਦਾ ਤਾਂ ਤੁਸੀਂ ਦੇਖ ਰਹੇ ਹੋ ਕਿ ਇੱਕ ਘੱਗਰ ਨਦੀ ਹੈ ਜਿਸ ਨੇ ਆਪਣੀ ਪੂਰੀ ਤੁਸੀਂ ਦੇਖ ਰਹੇ ਹੋ ਕਿ ਕਿੰਨੇ ਆਪਣਾ ਏਰੀਆ ਜਿਹੜਾ ਹੈ ਕਵਰ ਕੀਤਾ ਹੈ ਔਰ ਇਹ ਜਿਹੜਾ ਹੈਗਾ ਹੁਣ ਬਿਲਕੁਲ ਪਿੰਡ ਦੇ ਜੇਕਰ ਸਾਹ ਸੁੱਕੇ ਤੇ ਸਰਦੂਲਪੂੜਾ ਸਰਦੂਲਪੂੜਾ ਪਿੰਡ ਹੈ ਉਸ ਦੇ ਸਾਹ ਸੁੱਕੇ ਹੋਏ ਨੇ ਇੱਕ ਤਾਂ ਇੱਥੇ ਬਣ ਲਾਇਆ ਹੋਇਆ ਇੱਕ ਤਾਂ ਇੱਥੇ ਬੰਨ ਲਾਇਆ ਹੋਇਆ ਜਿੱਥੇ ਆਪਾਂ ਖੜੇ ਆਂ ਇਹਦੇ ਕੰਡੇ-ਕੰਡੇ ਪੈਰਾ ਦੇ ਰਿਹਾ ਤੇ ਦੂਸਰਾ ਇੱਕ ਪਿੰਡ ਦੇ ਚਾਰ ਪਾਸੇ ਪਿੰਡ ਹੈ ਜਿਹੜਾ ਹੁਣ ਨਾਲ ਹੀ ਬਿਲਕੁਲ ਪਿੰਡ ਹੈ ਕੋਈ 500 ਮੀਟਰ ਦੀ ਦੂਰੀ ਤੇ ਹੈ ਬਿਲਕੁਲ ਸਾਹਮਣੇ ਪਿੰਡ ਹੈ ਤਾਂ ਉਸ ਪਿੰਡ ਦੀ ਜਿਹੜੀ ਹੈ ਉਹ ਘੇਰਾਬੰਦੀ ਕੀਤੀ ਜਾ ਰਹੀ ਹੈ ਉੱਥੇ ਵੀ ਮਿੱਟੀ ਪਾਈ ਜਾ ਰਹੀ ਹੈ ਪੂਰੇ ਪਿੰਡ ਦੇ ਆਲੇ-ਦੁਆਲੇ ਤਾਂ ਜੋ ਜੇਕਰ ਇੱਥੋਂ ਬੰਨ ਟੁੱਟ ਜਾਂਦਾ ਤੇ ਅੱਗੇ ਇੱਕ ਹੋਰ ਜਿਹੜੀ ਹੈ ਕੋਸ਼ਿਸ਼ ਹੈਗੀ ਹੈ ਰੋਕਣ ਦੀ ਪਾਣੀ ਨੂੰ ਬੰਨ ਬਣਾ ਕੇ ਉੱਥੇ ਤੱਕ ਪਾਣੀ ਜਿਹੜਾ ਹੈਗਾ ਮਾਰ ਘਟ ਹੋ ਜੇ ਘਰ ਪਿੰਡਾਂ ਤੱਕ ਪਹੁੰਚ ਜਾਂਦੀ ਇਧਰ ਵਾਲੇ ਤੇ ਜਿਹੜੇ ਲੋਕ ਹੈਗੇ ਨੇ ਮੇਰੇ ਸੱਜੇ ਹੱਥ ਵਾਲੇ ਜਿਹੜੇ ਤੁਸੀਂ ਦੇਖ ਰਹੇ ਹੋ ਸਰਦੂਲਪੁਰਾ ਦੇ ਨਾਲ ਦੇ ਪਿੰਡ ਜਿਹੜੇ ਹੈਗੇ ਨੇ ਕੱਗਰ ਤੋਂ ਪਾਰ ਵਾਲੇ ਇਹ ਸਾਰੇ ਜਿਹੜੇ ਆ ਪਾਣੀ ਦੀ ਲਪੇਟ ਦੇ ਵਿੱਚ ਆ ਚੁੱਕੇ ਆ ਸਾਰੇ ਪਿੰਡਾਂ ਦੇ ਵਿੱਚ ਪਾਣੀ ਫਿਰ ਚੁੱਕਿਆ ਤੇ ਅੱਗੇ ਸਰਦੂਲਪੁਰਾ ਸਰਦੂਲਗੜ੍ਹ ਸ਼ਹਿਰ ਵੀ ਪੈਂਦਾ ਹੈ ਸ਼ਹਿਰ ਦੇ ਵਿੱਚ ਵੀ ਪਾਣੀ ਜਿਹੜਾ ਆ ਉਹ ਪਹੁੰਚ ਚੁੱਕਿਆ ਹੈ ਕੈਮਰਾ ਪਰਸਨ ਹਰਵਿੰਦਰ ਸਿੰਘ ਦੇ ਨਾਲ ਰਾਹੁਲ ਕਾਲਾ ਦਾ ਖਾਲਸ ਟੀਵੀ ਮਾਨਸਾ